ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਜੋ ਆਪਾਂ ਪਿਛਲੇ ਮਹੀਨੇ ਚਾਰ ਸਾਬਜ਼ਾਦੇ ਦੀ ਸ਼ਹੀਦੀ ਦੀ ਬਾਰਤਾ ਸ਼ੁਰੂ ਕੀਤੀ ਸੀ ਉਹਦੇ ਵਿੱਚ ਆਪਾਂ ਇੱਕ ਭਾਗ ਹੀ ਸਾਂਝਾ ਕਰ ਸਕੇ ਹਾਂ ਉਸ ਤੋਂ ਬਾਅਦ ਜੋ ਦੂਸਰਾ ਤੀਸਰਾ ਭਾਗ ਹੈ ਅੱਜ ਆਪਾਂ ਦੂਸਰਾ ਭਾਗ ਛੋਟੇ ਸਾਬਜ਼ਾਦੇ ਦੀ ਸ਼ਹੀਦੀ ਬਾਰੇ ਕੁਝ ਵਿਚਾਰ ਸਾਂਝੇ ਕਰਾਂਗੇ ਉਸ ਤੋਂ ਪਹਿਲਾਂ ਗੁਰੂ ਪਿਆਰਿਓ ਆਪਾਂ ਇੱਕ ਸ਼ੇਰ ਸ਼ਾਂਜਾ ਕਰਾਂਗੇ ਜੋ ਕਿ ਵੱਡੇ ਸਾਹਿਬਜ਼ਾਦੇ ਦੀ ਸ਼ਹੀਦੀ ਬਾਰੇ ਲਿਖਿਆ ਹੋਇਆ ਹੈ ਲਖਾਰੀ ਲਿਖਦਾ ਰਤਬਾ ਵੀ ਥਾ ਸ਼ੋਕ ਵੀ ਥਾ ਰਤਬਾ ਵੀ ਥਾ ਸ਼ੋਕ ਵੀ ਥਾ ਕਬ ਰੁਕਸਤ ਹੋ ਗਏ ਸ਼ਹਾਦਤ ਕੋ ਸਾਰੇ ਆਪਣੇ ਹੀ ਬੇਟੋں ਕੋ ਕੱਟਦੇ ਦੇਖ ਕਲਗੀਧਰ ਨੇ ਗੂੰਜਾ دیے ਜੈਕਾਰੇ ਆਪਣੇ ਹੀ ਬੇਟੋں ਕੋ ਕੱਟਦੇ ਦੇਖ ਕਲਗੀਧਰ ਨੇ ਗੂੰਜਾ دیے ਜੈਕਾਰੇ ना होगा कोई बाप दुनिया में ऐसा कहीं सार जिसके बेटों की बरात में चमकौर से निकले हों चार चार पांच पांच घोड़ सवार ना ही डोली आई ना ही डोली आई ना ही वापस आई वो बरात खुदा के बंदों के लिए खुद खुदाए चमकौर में उसरा जदों तो बड़े साहबजादे की शहीदी हुई ਲਿਖਾਰੀ ਲਿਖਦਾ ਉਸ ਦਿਨ ਚਮਕੌਰ ਦੇ ਵਿੱਚ ਪ੍ਰਮਾਤਮਾ ਖੁਦ ਆਪ ਆ ਗਿਆ ਆਓ ਆਪਾਂ ਅੱਜ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਕੋਈ ਸਾਂਝ ਪਾਈਏ ਛੋਟੇ ਸਾਹਿਬਜ਼ਾਦੇ ਜਦੋਂ ਕਚਹਿਰੀ ਵਿੱਚ ਪੇਸ਼ ਕਰਨ ਲਈ ਲੈ ਕੇ ਗਏ ਉਦੋਂ ਉਹਨਾਂ ਨੂੰ ਕੀ ਕੀ ਉਹਨਾਂ ਨੇ ਬਾਰਤਾ ਲਾਪ ਕੀਤੀ ਉਸ ਦੀ ਆਪਾਂ ਅੱਜ ਸਾਂਝ ਪਾਵਾਂਗੇ ਇਸ ਮਿੱਟੀ ਦੇ ਬੜੇ ਹੋਏ ਸਨ ਛੋਟੇ ਸਹਬਜ਼ਾਦੇ ਬਾਬਾ ਜੋਰਾਵਰ ਸਿੰਘ ਉਮਰ ਕਿੰਨੀ ਹੈ 8 ਸਾਲ ਤੇ 1 ਮਹੀਨਾ 8 ਸਾਲ 1 ਮਹੀਨਾ ਅਤੇ ਬਾਬਾ ਫਤਿਹ ਸਿੰਘ ਜੀ ਦੀ ਆਯੂ ਹੈ 5 ਸਾਲ 8 ਮਹੀਨੇ 5 ਸਾਲ 8 ਮਹੀਨੇ ਇਹ ਕੋਈ ਰੁਤਵਾ ਸਖਤੀ ਲਾਲਚ ਡਰ ਡਰਾਵਾ ਉਹਨਾਂ ਨੂੰ ਨਾ ਚੁਕਾ ਸਕਿਆ ਕੋਈ ਵੀ ਚੀਜ਼ ਉਹਨਾਂ ਨੂੰ ਚੁਕਾ ਨਹੀਂ ਸਕੀ ਪਹਿਲਾਂ ਤਾਂ ਛੋਟੇ ਦਰਵਾਜ਼ੇ ਰਾਹੀਂ ਨਵਾਬ ਨੇ ਸਾਬਜ਼ਾਦਿਆਂ ਨੂੰ ਦਰਬਾਰ ਲੈ ਜਾਣ ਦਾ ਯਤਨ ਕੀਤਾ ਕਿ ਸਿਰ ਝੁਕਾ ਕੇ ਅੰਦਰ ਜਾਣਗੇ ਤਾਂ ਹੀਠੀ ਮਹਿਸੂਸ ਕਰਨਗੇ ਪਰ ਦੋਮਾ ਸਪੂਤਾ ਨੇ ਪਹਿਲਾਂ ਆਪਣੇ ਚਰਨ ਅੰਦਰ ਕੀਤੇ ਪਿੱਛੋਂ ਸੀਸ ਤੇ ਬਾਦ ਦੇ ਵਿੱਚ ਗੱਜ ਕੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਕੀ ਜੀ ਕੀ ਫਤਿਹ ਬੁਲਾਈ ਜਦ ਸੁਚਾ ਆਨੰਦ ਨੇ ਢੀਠ ਹੋਏ ਨਵਾਬ ਨੂੰ ਸਲਾਮ ਕਰਨ ਲਈ ਕਿਹਾ ਤਾਂ ਸਾਹਿਬਜ਼ਾਦੇਆ ਨੇ ਬਚਨ ਕੀਤਾ ਔਰ ਜੋ ਹਮਨੇ ਸੱਚੇ ਬਾਦਸ਼ਾਹ ਕੋ ਸਲਾਮ ਕੀਤਾ ਹੈ ਔਰ ਕੋ ਸਲਾਮ ਨਹੀਂ ਕਰਤੇ ਜੋ ਹਮਨੇ ਸੱਚੇ ਬਾਦਸ਼ਾਹ ਕੋ ਸਲਾਮ ਕੀਤਾ ਹੈ ਔਰ ਕੋ ਨਹੀਂ ਕਰਤੇ ਨਵਾਬ ਨੇ ਸਾਹਿਬਜ਼ਾਦਿਆਂ ਦੇ ਵਿਚਕਾਰ ਜੋ ਸਵਾਲ ਜਵਾਬ ਹੋਏ ਉਹ ਸੈਦ ਮੁਹੰਮਦ ਲਤੀਫ ਨੇ ਹਿਸਟਰੀ ਆਫ ਪੰਜਾਬ ਦੇ ਐਡੀਸ਼ਨ ਸਨ 1891 ਦੇ ਪੰਨਾ 265 ਤੇ ਲਿਖੇ ਹਨ ਉਹ ਲੋਕ ਜੋ ਜਵਾਬ ਸਵਾਲ ਹਨ ਉਹ ਆਪਾਂ ਸਾਂਝੇ ਕਰੀਏ ਨਵਾਬ ਨੇ ਕਿਹਾ ਬੱਚਿਓ ਤੁਸੀਂ ਕੀ ਕਰੋਗੇ ਤੁਸੀਂ ਕੀ ਕਰੋਗੇ ਤੁਹਾਨੂੰ ਅਸੀਂ ਹੁਣੇ ਹੀ ਆਜ਼ਾਦ ਕਰ ਦਈਏ ਵੌਇਸ 왓 ਯੂ ਡੂ ਇਫ ਵੀ ਵਰ ਟੂ ਗਿਵ ਯੂ ਲਿਬਰਟੀ ਸਾਹਿਬਜ਼ਾਦੇ ਨੇ ਉੱਤਰ ਦਿੱਤਾ ਖਿੰਡੇ ਪੁੰਡੇ ਸਿੱਖਾਂ ਨੂੰ ਜਥੇਬੰਦ ਕਰਾਂਗੇ ਉਹਨਾਂ ਨੂੰ ਜੰਗੀ ਹਥਿਆਰ ਜੁਟਾਵਾਂਗੇ ਤੁਹਾਡੇ ਨਾਲ ਲੜਾਂਗੇ ਅਤੇ ਤੁਹਾਨੂੰ ਮੌਤ ਦੇ ਘਾਟ ਉਤਾਰਾਂਗੇ ਵੀ ਵਿਲਡ ਕਲੈਕਟ ਆਵਰ ਸਿਕਸ ਸਪਲਾਈ ਥਿੰ ਬਿਥ ਇਮਪਲੀਮੈਂਟਸ ਆਫ ਵਾਰ ਐਂਡ ਫਾਈਟ ਵਿਦ ਯੂ ਐਂਡ ਪੁੱਟ ਯੂ ਟੂ ਥ ਡੈਥ ਨਵਾਬ ਨੇ ਕਿਹਾ ਜੇ ਤੁਸੀਂ ਜੰਗ ਵਿੱਚ ਹਾਰ ਗਏ ਤਾਂ ਫਿਰ ਕੀ ਕਰੋਗੇ ਜੇ ਤੁਸੀਂ ਜੰਗ ਵਿੱਚ ਹਰ ਗਏ ਫਿਰ ਕੀ ਕਰੋਗੇ ਤਾਂ ਸਾਹਿਬਜ਼ਾਦੇ ਨੇ ਉੱਤਰ ਦਿੱਤਾ ਨਵਾਬ ਨੇ ਜੋ ਪ੍ਰਸ਼ਨ ਕੀਤਾ ਉਹਦੀ ਇੰਗਲਿਸ਼ ਇਹ ਹੈ ਇਫ ਯੂ ਵਰ ਡੀਫੀਟਡ ਇਨ ਦਾ ਫਾਈਟ ਵਟ ਵੁੱਡ ਯੂ ਡੂ ਥੈਨ ਤੁਸੀਂ ਫਿਰ ਕੀ ਕਰੋਗੇ ਤੇ ਉਸ ਵੇਲੇ ਬੱਚਿਆਂ ਨੇ ਉੱਤਰ ਦਿੱਤਾ ਕਹਿਣ ਲੱਗੇ ਇਹ ਸੁਣ ਸਾਹਿਬਜ਼ਾਦੇ ਨੇ ਕਿਹਾ ਕਰਨਾ ਕੀ ਹੈ ਫਿਰ ਆਪਣੀਆਂ ਫੌਜਾਂ ਇਕੱਠੀਆਂ ਕਰਾਂਗੇ ਫਿਰ ਆਪਣੀਆਂ ਫੌਜਾਂ ਇਕੱਠੀਆਂ ਕਰਾਂਗੇ ਜਦ ਤੱਕ ਲੜਦੇ ਹੀ ਰਾਂਗੇ ਜਦ ਤੱਕ ਤੁਸੀਂ ਮੁੱਕਦੇ ਨਹੀਂ ਜਾਂ ਅਸੀਂ ਸ਼ਹੀਦ ਨਹੀਂ ਹੋ ਜਾਂਦੇ ਜਾਂ ਤੁਹਾਨੂੰ ਖਤਮ ਕਰਾਂਗੇ ਜਾਂ ਅਸੀਂ ਸ਼ਹੀਦ ਹੋ ਜਾਵਾਂਗੇ ਓ ਵੀ ਵਿਲ ਕਲੈਕਟ ਆਵਰ ਆਰਮੀਜ਼ ਅਗੇਨ ਆਈਦਰ ਕਿਲ ਯੂ অর ਟੂ ਵੀ ਕਿਲਡ ਇਸੇ ਲਈ ਤਾਂ ਸਿਖ ਕਹਿੰਦੇ ਸਨ ਜਦੋਂ ਆਜ਼ਾਦੀ ਦੀ ਜੰਗ ਚੱਲ ਰਹੀ ਸੀ ਤਾਂ ਸਿੰਘ ਕਿਆ ਕਰਦੇ ਸਨ ਕੀ ਕਿਆ ਕਰਦੇ ਸਨ ਫਤਿਹਗੜ ਸਾਹਿਬ ਸ਼ਹੀਦ ਹੋਣ ਦਾ ਮਜ਼ਾ ਹੀ ਹੋਰ ਹੈ ਫਤਿਹਗੜ ਸਾਹਿਬ ਵਿਖੇ ਸ਼ਹੀਦ ਹੋਣ ਦਾ ਮਜ਼ਾ ਹੀ ਹੋਰ ਹੈ ਇਸ ਤੋਂ ਅੱਗੇ ਆਪਾਂ ਗੁਰੂ ਪਿਆਰਿਓ ਜੋ ਅਗਲੀ ਪੋਸਟ ਪਾਵਾਂਗੇ ਉਹਦੇ ਵਿੱਚ ਹਕੀਮ ਅੱਲਾ ਯਾਰ ਖਾਂ ਜੋਗੀ ਜੀ ਜਿਨ੍ਹਾਂ ਨੇ ਛੋਟੇ ਸਾਹਿਬਜ਼ਾਦੇ ਦੀ ਕਵਤਾ ਲਿਖੀ ਸ਼ਹੀਦਾਨੇ ਵਫਾ ਉਸ ਦੇ ਹਨ ਕੁਲ ਪੈਰਾਗ੍ਰਾਫ 110 ਉਹਦੇ ਵਿੱਚੋਂ 10 ਪੈਰਾਗ੍ਰਾਫ ਆਪਾਂ ਸਾਂਝੇ ਕਰਾਂਗੇ ਆਪ ਜੀ ਨੇ ਜੋ ਗੁਰਮਤ ਸਾਂ ਚੈਨਲ ਹੈ ਗੁਰਮਤ ਸਾਂ ਡਾਕਟਰ ਸ਼ਪਾਰ ਸਿੰਘ ਉਸ ਨੂੰ ਲਾਈਕ ਕਰ ਲੈਣਾ ਸ਼ੇਅਰ ਕਰ ਲੈਣਾ ਸਬਸਕ੍ਰਾਈਬ ਕਰਨਾ ਆਪ ਜੀ ਦੀ ਬੜੀ ਮਿਹਰਬਾਨੀ ਹੋਵੇਗੀ ਹੋਈਆਂ ਫੁੱਲਾਂ ਦੀ ਖਿਮਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ